ਮੈਂ ਸਿੱਧੂ ਨੂੰ ਕਿਹੜੇ ਮਕਸਦ ਦੇ ਨਾਲ ਕਿੱਥੋਂ ਤੱਕ ਲੈ ਕੇ ਆਇਆ ਸੀ, ਮੈਨੂੰ ਨਹੀਂ ਪਤਾ ਲੱਗਿਆ ਮੇਰਾ ਪੁੱਤ ਕਦੋਂ ਬਾਗੀ ਬਣ ਗਿਆ, ਕਦੋਂ ਪੰਥ ਦੀਆਂ ਗੱਲਾਂ ਕਰਨ ਲੱਗਿਆ, ਕਦੋਂ ਖਾਲਿਸਤਾਨ ਦੀਆਂ ਗੱਲਾਂ ਕਰਨ ਲੱਗਿਆ, ਮੈਨੂੰ ਨਹੀਂ ਪਤਾ ਲੱਗਿਆ ਇਸ ਗੱਲ ਦਾ। ਅੰਕਲ ਜੀ ਤੁਹਾਡਾ ਪੁੱਤ ਕੌਮ ਦੀ ਗੱਲ ਕਰਦਾ ਸੀ, ਤੁਹਾਨੂੰ ਤਾਂ ਮਾਣ ਹੋਣਾ ਚਾਹੀਦਾ ਆ, ਅਣਖ ਦੇ ਧਰਮ ਲਈ ਜਿਹੜੇ ਸਾਡੇ ਯੋਧੇ ਸ਼ਹੀਦ ਹੋ ਗਏ ਉਹਨਾਂ ਦੀ ਗੱਲ ਕਰਨੀ ਮਾੜੀ ਗੱਲ ਸੀ? ਜਾਂ ਰਾਹੁਲ ਗਾਂਧੀ ਜੀ ਵੜਿੰਗ ਜੀ ਪਸੰਦ ਨਹੀਂ ਕਰਦੇ ਇਸ ਕਰਕੇ ਪਛਤਾਵਾ ਕੇ ਮੇਰਾ ਪੁੱਤ ਕੌਮ ਦੀ ਗੱਲ ਕਿਉਂ ਕਰ ਗਿਆ? SYL ਵਿੱਚ ਭਾਈ ਜਟਾਣੇ ਦੀ ਗੱਲ ਕੀਤੀ, ਹੁਣ ਭਾਈ ਜਟਾਣੇ ਨੂੰ ਸ਼ਹੀਦ ਕਿਹਨੇ ਕੀਤਾ? ਕਾਂਗਰਸ ਨੇ, ਜਿਹਨੂੰ ਤੁਸੀਂ ਜੱਫੀਆਂ ਪਾ ਰਹੇ ਹੋ। ਸੰਤ ਭਿੰਡਰਾਂਵਾਲੇ ਦੀ ਫੋਟੋ ਆਪਣੀ ਬਾਂਹ ਤੇ ਟੈਟੂ ਬਣਾਇਆ ਸੀ ਸਿੱਧੂ ਨੇ, ਤੇ ਹੁਣ ਟਰੈਕਟਰ ਤੇ ਮੋਟਰਸਾਈਕਲ ਤੇ ਸਾਰੇ ਪਾਸੇ ਸੰਤਾਂ ਦੀ ਫੋਟੋ, ਤੇ ਸੰਤਾਂ ਦੀ ਸੋਚ ਦਾ ਧਾਰ ਨਹੀਂ ਸੀ ਸਿੱਧੂ, ਤੇ ਹੁਣ ਸੰਤਾਂ ਨੂੰ ਸ਼ਹੀਦ ਕਿਹਨੇ ਕੀਤਾ? ਕਾਂਗਰਸ ਨੇ, ਜਿਹਦੀ ਤੁਸੀਂ ਪ੍ਰਮੋਸ਼ਨ ਕਰ ਰਹੇ ਹੋ। ਸਾਡਾ ਅਕਾਲ ਤਖ਼ਤ ਕਿਹਨੇ ਢਾਇਆ ਜਿਹੜੇ ਗਾਂਧੀ ਪਰਿਵਾਰ ਨੂੰ ਤੁਸੀਂ ਜੱਫੀਆਂ ਪਾ ਕੇ ਪੰਜਾਬ ਯਾਤਰਾ ਕੱਢ ਰਹੇ ਹੋ? ਹੁਣ ਸੱਜਣ ਕੁਮਾਰ ਨੂੰ ਜਾਂ ਜਗਦੀਸ਼ ਟਾਇਲਟਰ ਨੂੰ ਸਿੱਖਾਂ ਦੇ ਕਾਤਲਾਂ ਨੂੰ ਰਾਹੁਲ ਗਾਂਧੀ ਟਿਕਟਾਂ ਵੰਡਦਾ ਜਾਂ ਇੰਦਰਾ ਗਾਂਧੀ ਜਾਂ ਕੋਈ ਹੋਰ ਵੰਡਣਾ ਜਾਂਦਾ ਆ, ਹੁਣ ਉਸੇ ਰਾਹੁਲ ਗਾਂਧੀ ਤੁਸੀਂ ਜੱਫੀਆਂ ਪਾ ਕੇ ਪੰਜਾਬ 'ਚ ਉਹਦੀ ਯਾਤਰਾ ਕੱਢਦੇ ਹੋ, ਫਿਰ ਤੁਸੀਂ ਕਦੇ ਢੱਡਰੀ ਕੋਲੋਂ ਜਾ ਕੇ ਸਰੋਪੇ ਪਾਉਣ ਚਲੇ ਜਾਂਦੇ ਹੋ? ਤੁਸੀਂ ਸਿੱਧੂ ਤੋਂ ਧੱਕੇ ਨਾਲ ਕਾਂਗਰਸ ਵੱਲੋਂ ਚੋਣਾਂ ਲੜਾਈਆਂ, ਸਿੱਧੂ ਹੁਣ ਫਿਰ ਸਿੱਖੀ ਸਿਧਾਂਤਾਂ ਦੀ ਗੱਲ ਕਰਨ ਲੱਗ ਗਿਆ? ਲੋਕ ਤਾਂ ਸਤਿਕਾਰ ਕਰਦੇ ਉਹਨਾਂ ਮਾਵਾਂ ਦਾ ਜਿਹਨਾਂ ਦੇ ਕੁੱਖੋਂ ਯੋਧੇ ਪੈਦਾ ਹੋਏ, ਜੇ ਸਿੱਧੂ ਨੇ ਯੋਧਿਆਂ ਦੀ ਗੱਲ ਕੀਤੀ ਤੁਹਾਨੂੰ ਕਿਉਂ ਪਛਤਾਵਾ ਹੋ ਰਿਹਾ ਇਸ ਗੱਲ ਦਾ? ਚਲੋ ਆਪਾਂ ਨਿੱਜ ਦੀ ਗੱਲ ਹੀ ਨਹੀਂ ਕਰਦੇ, ਜਿਸ ਕੌਮ 'ਚ ਹੋਣ ਦਾ ਤੁਹਾਨੂੰ ਪਛਤਾਵਾ ਆ ਉਹਦੀ ਆਪਾਂ ਗੱਲ ਹੀ ਨਹੀਂ ਕਰਦੇ। ਤੁਹਾਡੇ ਪੁੱਤ ਲਈ ਪਾਰਲੀਮੈਂਟ 'ਚ ਕੌਣ ਬੋਲਿਆ? ਜਿੰਨਾ ਵੀ ਟਾਈਮ ਮਿਲਿਆ ਸਿਮਰਜੀਤ ਮਾਨ ਨੇ ਉਸਦੀ ਠੋਕ ਵਜਾ ਕੇ ਗੱਲ ਕੀਤੀ ਕਿ ਸਿੱਧੂ ਨੂੰ ਇਨਸਾਫ਼ ਮਿਲਣਾ ਚਾਹੀਦਾ ਜਿੱਥੇ ਉਹਨੂੰ ਮਾਈਕ ਮਿਲਿਆ, ਅਤੇ ਤੁਸੀਂ ਕਹਿ ਰਹੇ ਕਿ ਸਿਮਰਜੀਤ ਮਾਨ ਨੂੰ ਹਰਾਓ ਅਤੇ ਖਹਿਰੇ ਨੂੰ ਜਿਤਾਓ, ਸਿਮਰਨਜੀਤ ਮਾਨ ਨੂੰ ਹਰਾਓ ਉਹਨੂੰ ਵੋਟਾਂ ਨਾ ਪਾਓ। ਤੁਹਾਡਾ ਪੁੱਤ ਤਾਂ ਤੁਹਾਡੇ ਸਾਹਮਣੇ ਬਹਿ ਕੇ ਕਹਿੰਦਾ ਸੀ ਕਿ ਸਿਮਰਜੀਤ ਮਾਨ ਕਿ ਬਾਪੂ ਜੀ ਮੈਂ ਤੁਹਾਡੇ ਨਾਲ ਆ, ਤੁਸੀਂ ਕਦੋਂ ਆਉਣਾ ਸਾਨੂੰ ਮਿਲਣ? ਗੀਤਾਂ 'ਚ ਉਹਨੇ ਸਿਮਰਜੀਤ ਮਾਨ ਦੀ ਸਪੋਰਟ ਕੀਤੀ, ਅਤੇ ਤੁਸੀਂ ਪੁੱਤ ਦੀ ਸੋਚ ਅਤੇ ਖੰਡ ਦੀ ਜਗ੍ਹਾ ਕਾਂਗਰਸ ਦੇ ਲਈ ਗੁਣ ਗਾਈ ਜਾਂਦੇ ਆ। ਜੋ ਮਾਣ ਇੱਜ਼ਤ ਕੌਮ ਨੇ ਦਿੱਤਾ ਉਸ ਤੋਂ ਵੱਡੇ ਅਹੁਦੇ 'ਤੇ ਨਹੀਂ ਹੁੰਦੇ ਅੰਕਲ? ਸਿਮਰਜੀਤ ਮਾਨ ਵਾਂਗੂ ਤੁਹਾਡੇ ਪੁੱਤ ਦੇ ਹੱਕ 'ਚ ਕੋਈ ਕਾਂਗਰਸੀ MP ਜਾਂ ਹੋਰ MLA MP ਕੋਈ ਬੋਲ ਸਕਦਾ ਕਿਸੇ ਪਾਸੇ? ਜਿੰਨਾ ਉਹਨੇ ਠੋਕ ਕੇ ਗੱਲ ਕੀਤੀ ਆ ਰਾਜੇ ਵੜਿੰਗ ਨੂੰ, ਹੁਣ ਤੁਸੀਂ ਦੇਖੋ ਇਹ ਕਦੇ ਬੋਲ ਜਾਊ? ਇਹਨੂੰ ਤੁਸੀਂ ਵਿਚਾਰਾ ਲੱਗ ਰਿਹਾ, ਤੁਹਾਨੂੰ ਵਾਕਿਆ ਹੀ ਵਿਚਾਰਾ ਉਹ ਬਿਸ਼ਨੋਈ ਸਾਹਮਣੇ ਬੋਲ ਹੀ ਨਹੀਂ ਸਕਦਾ, ਭਾਵੇਂ ਜੇਲ੍ਹਾਂ ਵਿੱਚ ਇੰਟਰਵਿਊਆਂ ਕਰੀ ਜਾਣ ਉਹ। ਆਪਣੇ ਚੋਣ ਮੈਨੂਫੈਸਟੋ ਵਿੱਚ ਕਿਸੇ ਕਾਂਗਰਸੀ ਨੇ ਸਿੱਧੂ ਦੇ ਹੱਕ ਦੇ ਇਨਸਾਫ਼ ਦੀ ਗੱਲ ਕੋਈ ਕੀਤੀ ਹੋਵੇ? ਦੱਸੋ ਮੈਨੂੰ। ਹੁਣ ਆ ਖਹਿਰੇ ਬਾਰੇ ਗੱਲ ਕਰ ਲੈਂਦੇ, ਖਹਿਰੇ ਜੀ ਤੁਹਾਨੂੰ ਇੰਟਰਵਿਊ ਭੇਜਾਂ ਅੰਕਲ? ਮੈਂ ਤੁਹਾਨੂੰ ਇੱਕ ਵੀਡੀਓ ਭੇਜਦਾ ਜਿੱਥੇ ਇਹ ਖਹਿਰਾ ਸਿੱਧੂ ਦੇ ਖਿਲਾਫ਼ ਬੋਲਦਾ, ਸ਼ਰਿਆ ਮੋਦੀ ਜਦੋਂ ਜੋਧਾ ਤੁਸੀਂ ਨਾਲ ਸੀ ਸਿੱਧੂ ਆਪਣਾ ਪੁੱਤ ਆ ਇੱਕ ਦੁਨੀਆ ਤੇ ਨੀ ਰਿਹਾ, ਸਾਰੀ ਦੁਨੀਆ ਲਈ ਰੋਂਦੀ ਆ, ਫਿਰ ਤੁਹਾਨੂੰ ਮਨ ਚ ਕੁਛ ਵੀ ਨੀ ਹੁੰਦਾ ਵੀ ਮੇਰੇ ਪੁੱਤ ਦੇ ਖਿਲਾਫ਼ ਆਹ ਬੋਲਦਾ ਜਿਹੜੇ ਮੈਂ ਹੱਕ 'ਚ ਖੜਾ? ਮੈਂ ਹੋ ਸਕਦਾ ਇੱਕ ਪੱਤਾ ਬਾਪ ਹੋਵਾਂ। ਨਹੀਂ ਆਪਾਂ ਬੇਨਤੀ, ਕਪੱਤਾ ਬਾਪ ਨਹੀਂ ਹੁੰਦੇ, ਬਾਪ ਜਿਹੜੇ ਆਪਣੇ ਜਿੰਨੇ ਬੱਚਿਆਂ ਨੂੰ ਪਿਆਰ ਕਰਦੇ। ਮੇਰੀ ਇੱਕ ਹੋਰ ਬੇਨਤੀ ਸੁਣੋ ਬੇਟਾ, ਮੈਂ ਕਹਿੰਦਾ ਬੱਚਿਆਂ ਨੂੰ ਜਿੰਨਾ ਆਪਾਂ ਪਿਆਰ ਕਰਦੇ ਆ ਉਹਨਾਂ ਕੋਈ ਕਰ ਹੀ ਨਹੀਂ ਸਕਦਾ। ਮੈਂ ਤਾਂ ਕਹਿੰਦਾ ਵੀ ਜਿੰਨਾ ਆਪਾਂ ਬੱਚੇ ਨੂੰ ਪਿਆਰ ਕਰਦੇ ਕੋਈ ਕਰ ਸਕਦਾ ਹੀ ਨਹੀਂ। ਇੱਕ ਨਿੱਜ ਤੋਂ ਆਪਾਂ ਉੱਪਰ ਉੱਠ ਕੇ ਗੱਲ ਕਰਦੇ, ਬੇਨਤੀ ਲਾਸਟ ਬੇਨਤੀ ਆ, ਜਦੋਂ ਤੁਹਾਡੇ ਲਈ ਸਾਰੇ ਰੋਂਦੇ ਆਪਾਂ, ਇੱਕ ਪੁੱਤ ਮਰਿਆ, ਇੱਕ ਪਿਓ, ਇੱਕ ਇਕੱਲਾ ਪੁੱਤ ਸੀ ਮਰਿਆ, ਸਾਰੀ ਦੁਨੀਆ ਰੋਂਦੀ, ਪਰ ਜਿਹੜੇ ਕਮਾਤ ਘਰਾਂ 'ਚੋਂ ਚੱਕ ਚੱਕ ਕਮਾਦਾਂ 'ਚ ਕਾਂਗਰਸ ਨੇ ਛਲਣੀ ਕਰ ਦਿੱਤੇ, ਝੂਠੇ ਮੁਕਾਬਲੇ ਬਣਾ ਦਿੱਤੇ ਉਹਨਾਂ ਦੇ, ਉਹ ਵੀ ਕਿਸੇ ਦੇ ਪੁੱਤ ਹੀ ਸੀਗੇ, ਉਹਨਾਂ ਦੀਆਂ ਮਾਵਾਂ ਵੀ ਰੋਂਦੀਆਂ ਹੀ ਆ, ਜਦੋਂ ਤੁਹਾਨੂੰ ਦੇਖਦੇ ਕਾਤਲਾਂ ਨਾਲ ਖੜਿਆਂ ਨੂੰ, ਉਹਨਾਂ ਤੋਂ ਕਿੱਦਾਂ ਰੋਟੀ ਉਹਨਾਂ ਦੀ ਲੰਘਦੀ ਹੋਊਗੀ? ਵੀ ਅਸੀਂ ਤਾਂ ਇਸ ਬਾਪ ਦੇ ਲਈ ਇੰਨੀਆਂ ਅਰਦਾਸਾਂ ਕੀਤੀਆਂ, ਸ਼ੁਕਰ ਕੀਤਾ ਵੀ ਚੱਲ ਇੱਕ ਪੁੱਤ ਹੋਰ ਆਇਆ, ਇੱਕ ਖੋਲਿਆ ਕੰਜਰਾਂ ਨੇ, ਹੁਣ ਉਹੀ ਬਾਪ ਜਦੋਂ ਕਾਤਲਾਂ ਨਾਲ ਖੜਿਆ ਉਹ ਕਿੱਦਾਂ ਝੱਲਣਗੇ ਉਹ ਲੋਕ?
ਰਾਜੇ ਵੜਿੰਗ ਤੇ ਇੰਦਰਾ ਗਾਂਧੀ ਨੂੰ ਮੰਮੀ ਕਹਿੰਦਾ, ਮੈਨੂੰ ਹੇਟ ਕਰ ਲੈਣਗੇ ਜੀ, ਉਹ ਮੈਨੂੰ ਹੇਟ ਕਰ ਲੈਣਗੇ, ਜਾਂ ਫਿਰ ਰਾਜਾ ਵੜਿੰਗ ਤੇ ਇੰਦਰਾ ਗਾਂਧੀ ਨੂੰ ਮੰਮੀ ਵਾਲੀ ਟੀ ਸ਼ਰਟ ਪਾ ਕੇ ਰੱਖਦਾ, ਅੱਜ ਵੀ ਮੰਮੀ ਸਮਝਦਾ ਉਹਨੂੰ, ਫਿਰ ਤੁਸੀਂ ਵੀ, ਜਾਂ ਫਿਰ ਕਹਿ ਦੋ ਸਿੱਧੇ ਵੀ ਇੰਦਰਾ ਗਾਂਧੀ ਮੇਰੀ ਮੰਮੀ ਹੈ ਫਿਰ। ਅੰਮ੍ਰਿਤਪਾਲ ਦੇ ਸਪੋਰਟ ਚ ਜਾਣੇ, ਦੂਜੇ ਪਾਸੇ ਅੰਮ੍ਰਿਤਪਾਲ ਨੂੰ ਉਹ ਕਹਿੰਦਾ ਇਹਨੂੰ ਅੰਦਰ ਸਿੱਟੋ, ਰਾਜਾ ਵੜਿੰਗ ਉਹਦੇ ਨਾਲ ਖੜੇ, ਤੁਸੀਂ ਇੱਕ ਸਲੇਟ ਤਾਂ ਰੱਖੋ ਵਿਚਾਰਾ ਸਿੱਧੂ। ਨਹੀਂ ਸੋਚ ਸਿੱਧੀ ਸਪਸ਼ਟ ਆ, ਸਾਨੂੰ ਸਾਨੂੰ ਸਿੱਧੂ ਸਿੱਧੂ ਨਾਲ ਸਾਨੂੰ ਪਿਆਰ ਆ। ਮੈਨੂੰ ਕੋਈ ਵੀ, ਤੁਸੀਂ ਮੈਨੂੰ ਪੰਥਕ ਲੀਡਰ ਨਾ ਮੰਨੋ, ਮੈਨੂੰ ਕੋਈ ਕੁਰਬਾਨੀ ਦਾ ਸਿੰਘ ਨਾ ਮੰਨੋ, ਮੈਨੂੰ ਇੱਕ ਆਮ ਵਿਅਕਤੀ ਮੰਨੋ ਤੁਸੀਂ। ਬਸ ਮੈਂ ਤੁਹਾਨੂੰ ਮੁੱਠੀ ਗੱਲ, ਸੋ ਸਿੱਧੂ ਨੇ ਜਿਹੜੀਆਂ ਗਾਲਾਂ ਕੱਢੀਆਂ ਖੇਰੇ ਨੂੰ, ਸਿੱਧੂ ਨੇ ਜਿਹੜੀ ਖੇਰੇ ਨੂੰ ਗਾਲਾਂ ਕੱਢੀਆਂ, ਮੈਂ ਤਾਂ ਵਾਇਸ ਨੋਟ ਪਏ ਆ, ਉਹ ਗਲਤ ਸੀਗਾ ਸਿੱਧੂ ਫਿਰ? ਖੇਰਾ ਚੰਗਾ ਸੀ ਬੇਟਾ। ਦੇਖੋ ਤੁਸੀਂ 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 ਮੈਨੂੰ ਐਵੇਂ, ਤੁਹਾਡੇ ਨਾਲ ਮੈਂ ਬਹਿਸ ਕਰੀ ਆ, ਮੈਂ ਮੇਰੀ ਨਹੀਂ, ਅਸੀਂ ਤਾਂ ਰਿਕੁਐਸਟ ਕਰ ਰਹੇ ਹਾਂ ਵੀ ਸਾਨੂੰ ਦੁੱਖ ਲੱਗ ਰਿਹਾ ਉਸ ਕਾਂਗਰਸ ਨੇ ਦਿੱਤਾ ਕੀ, ਮੈਨੂੰ ਇੱਕ ਦੱਸੋ ਵੀ 75-77 ਤੋਂ ਲੈ ਕੇ ਜਦੋਂ 84 ਤੋਂ ਬਾਅਦ ਚ ਕਲੀਅਰ ਹੋ ਗਿਆ ਕਾਂਗਰਸ ਨੇ ਕੀ ਕੀਤਾ ਸਿੱਖਾਂ ਨਾਲ, ਉਦੋਂ ਬਾਅਦ ਚ ਕੀ ਮਿਲਿਆ ਕਾਂਗਰਸ ਤੋਂ? ਤੁਹਾਨੂੰ ਦੱਸੋ, ਮੈਂ ਇਸ ਗੱਲ ਤੇ ਬਹਿਸ ਨਹੀਂ ਪੈਣਾ ਚਾਹੁੰਦਾ ਵੀ ਕਿਹਨੇ ਕਿਸੇ ਨੂੰ ਕੀ ਦਿੱਤਾ। ਫਿਰ ਓਕੇ, ਸੋ ਤੁਸੀਂ ਮੈਨੂੰ ਕਿਉਂ ਜ਼ਬਰਦਸਤੀ ਇਸ ਬਹਿਸ ਦੇ ਵਿੱਚ ਧੱਕ ਰਹੇ ਹੋ? ਮੇਰੇ ਗੱਲ ਮੈਨੂੰ ਸਮਝ ਨਹੀਂ ਆਉਂਦੀ। ਨਹੀਂ, ਸਾਨੂੰ ਦੁੱਖ ਲੱਗ ਰਿਹਾ ਜਦੋਂ ਇਹ ਦੇਖਦੇ ਆ ਸਾਡੇ, ਦੁੱਖ ਲੱਗ ਰਿਹਾ ਵੀਰੇ, ਤੁਸੀਂ ਪੰਜਾਬ ਆਓ ਨਾ, ਆ ਕੇ ਹੱਲ ਕਰੋ ਮਸਲੇ ਦਾ, ਤੁਸੀਂ ਲੜੋ ਇਸ ਗੱਲ ਦਾ। ਫਿਰ ਤੁਸੀਂ ਸਿੱਧਾ ਫਿਰ ਟੀ ਸ਼ਰਟ ਪਾਓ ਉਹਦੇ ਵਾਂਗੂ, ਰਾਜੇ ਵੜਿੰਗ ਕਹੋ ਟੀ ਸ਼ਰਟ ਮੈਂ ਯਾਰ ਕਮਾਲ ਕਰੀ ਜਾਂਦਾ, ਤੁਸੀਂ ਤੂੰ ਹੈ ਦੇਖ ਫਿਰ ਇਹ ਤੂੰ ਤੁਹਾਡੀ ਪਿਆਰ ਕਰਨ ਵਾਲੀ ਗੱਲ ਹੈ? ਨਹੀਂ ਨਹੀਂ, ਬੁਰਾ ਬਣਾ ਰਹੇ ਹੋ ਹੈਕ ਤੋਂ, ਤੁਸੀਂ ਇੱਕ ਪਾਸੇ ਤੁਸੀਂ ਸਿੰਪਤੀ ਲੈਣੇ ਕੀ ਲੈਣਾ ਯਾਰ ਮੇਰੀ ਜ਼ਿੰਦਗੀ ਆਪਦੀ, ਮੈਂ ਜੋ ਮਰਜ਼ੀ ਕਰਾਂ ਕਮਾਲ ਕਰੀ ਜਾਂਦਾ, ਤੁਸੀਂ ਮੈਨੂੰ ਆਪਦੇ ਮੁਤਾਬਕ ਕਿਉਂ ਚਲਾਉਂਦੇ ਹੋ? ਮੈਂ ਤੁਹਾਨੂੰ ਕੰਪੈਲ ਕੀਤਾ ਵੀ ਤੁਸੀਂ ਜੇ ਕਰੋ ਉਹ ਕਰੋ, ਤੁਸੀਂ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉਂ ਰਹੇ ਹੋ ਆਪਣੀ। ਜੇ ਸਿੱਖ ਕੌਮ ਆ ਨਾ, ਜੇ ਕੌਮ ਪਰਿਵਾਰ ਆ, ਤੁਸੀਂ ਕੌਮ ਦੀ ਗੱਲ ਕਰਦੇ ਹੋ, ਤੁਸੀਂ ਕੱਢ ਦਿਓ, ਤੁਸੀਂ ਕਹਿ ਦਿਓ ਮੈਂ ਸਿੱਖ ਨਹੀਂ, ਕਹਿ ਦਿਓ ਕੀ ਫਰਕ ਪੈਂਦਾ। ਨਹੀਂ ਫਿਰ ਜਦੋਂ ਤੁਸੀਂ ਚੌਥੇ ਦਿਨ ਲਾਈਵ ਹੋ ਕੇ ਕਦੇ ਕਹਿੰਦੇ ਮੈਂ ਇੰਨਾ ਟੈਕਸ ਦਿੱਤਾ, ਮੈਂ ਇੱਦਾਂ ਕਰਦਾ, ਮੇਰਾ ਪੁੱਤ ਮਾਰ ਦਿੱਤਾ, ਉਹਦੀਆਂ ਸਹੂਲਤਾਂ ਵੀ ਲੈਣੇ ਤੁਸੀਂ, SSP ਰਾਜੇ ਵੜਿੰਗ ਨੇ ਸਾਰਾ ਕੁਝ ਕਰਵਾਇਆ, ਜੇ ਉਹ ਨਾ ਇਹ ਨਾ ਕਾਂਗਰਸ ਹੀ ਜਾਂਦਾ ਅੱਜ ਆਪਣੇ ਵਿੱਚ ਹੁੰਦਾ। ਇੱਕ ਕਾਂਗਰਸ ਦੇ ਸਪੋਰਟ ਨਾਲ ਸਿੱਧੂ ਵਾਪਸ ਆਜੂ, ਕੀ ਕਰੂਗੀ ਕਾਂਗਰਸ, ਕੀ ਅੱਗੇ ਕੀਤਾ ਤੁਹਾਨੂੰ ਵਰਤਣ ਦੇ ਹੋ? ਪਾਰਲੀਮੈਂਟ ਵਿੱਚ ਸਿਮਰਨਜੀਤ ਮਾਨ ਨੇ ਠੋਕ ਠੋਕ ਕੇ ਸਿੱਧੂ ਦੇ ਹੱਕ ਚ ਬੋਲਿਆ ਨੀ ਕਿ ਸਿੱਧੂ ਨੂੰ ਇਹਨਾਂ ਨੇ ਕਤਲ ਕੀਤਾ ਸਟੇਟ ਨੇ? ਰਾਜਾ ਵੜਿੰਗ ਬੋਲ ਜੂ, ਅਸੀਂ ਤਾਂ ਕਹਿੰਦੇ ਨੇ ਕਿਸੇ ਹੋਰ ਦੀ ਗੱਲ ਕਰੋ, ਆਪਣੇ ਪੁੱਤ ਲਈ ਖੜ ਲਓ, ਸਾਨੂੰ ਦੁੱਖ ਹੁੰਦਾ ਵੀ ਇੱਕ ਪੁੱਤ ਆ ਉਹ ਵਿਚਾਰਾ ਚਲਿਆ ਗਿਆ, ਉਹਦੀ ਸੋਚ ਤੇ ਹੁਣ ਹੀ ਖੜ ਜਾਓ। ਮੈਂ ਸਿਮਰਨਜੀਤ ਬਾਰੇ ਕੋਈ ਸ਼ਬਦ ਫਾਲਤੂ ਨਹੀਂ ਬੋਲਣਾ ਚਾਹੁੰਦਾ, ਮੇਰੇ ਸਰਕਾਰ ਚਾਹੁੰਦਾ ਮੇਰੇ ਤੋਂ ਵੱਡੇ ਨੇ, ਮੈਂ ਕਦੇ ਵੀ ਉਹਦੀ ਗੱਲ ਦਾ ਬਹਿਸ ਨਹੀਂ। ਫਿਰ ਮੈਨੂੰ ਇੱਕ ਦੱਸੋ ਜੀ ਵੀ ਤੁਹਾਨੂੰ ਕਿਹੜੀ ਮਜਬੂਰੀ ਆ ਜਦੋਂ ਤੁਸੀਂ ਰਾਜਾ ਵੜਿੰਗ ਦੇ ਨਾਲ ਨਾਮਜ਼ਦਗੀ ਨਾਲ ਤਾਂ ਤੁਸੀਂ ਸ਼ੇਅਰ ਕਰਦੇ ਆ? ਫਿਰ ਕਹਿ ਦੋ ਠੋਕੇ, ਕਹਿ ਦੋ ਵੀ ਅਸੀਂ ਸਿੱਖਾਂ ਦੇ ਕਾਤਲਾਂ ਨਾਲ ਖੜੇ ਹਾਂ, ਕਹਿ ਦੋ ਇੰਦਰਾ ਗਾਂਧੀ ਮੰਮੀ ਆ, ਕਹਿ ਦੋ ਜੀ ਆਪਾਂ ਫੋਨ ਕਰਦੇ ਹਾਂ, ਕਹਿ ਦੋ ਇੰਦਰਾ ਗਾਂਧੀ ਮੰਮੀ ਆ, ਤੇ ਫਿਰ ਰਾਜਾ ਵੜਿੰਗ ਤੂੰ ਉਹਨੂੰ ਕਹਿੰਦਾ ਮੰਮੀ ਮੇਰੀ? ਤੁਸੀਂ ਤਾਂ ਕਹਿੰਦੇ ਮੈਂ ਉਹਦੇ ਨਾਲ ਖੜਾ ਆ, ਜਾ ਕੇ ਉਹਨਾਂ ਪੇਪਰ ਭਰਾਉਣ ਜਾਂਦੇ, ਹੁਣ ਦੇਖੋ ਤੁਹਾਡੇ ਜਿਹੜਾ ਹਾਲ ਅੰਕਲ ਕੀ ਦੇਣਾ ਰਾਜਨੀਤੀ ਨੇ ਤੁਹਾਨੂੰ, ਰਾਜਨੀਤੀ ਦੇ ਆਪਣਾ ਮੁੰਡਾ ਚਲਾ ਗਿਆ, ਸੋ MP MLA ਦੀਆਂ ਟਿਕਟਾਂ ਟੁੱਟਾਂ, ਇਸ ਤੋਂ ਵੱਧ ਕੁਛ ਵੀ ਨੀ ਮਿਲਣਾ ਸਿੱਖਾਂ ਦੀ ਪਾਰਟੀ ਤੋਂ, ਕਾਤਲਾਂ ਤੋਂ।